ਚਾਰ ਪੰਜ ਛੱਡ ਕੇ ਬਹਿਣਾ ਦੋ ਦਿਨਾਂ ਨੂੰ ਕਿਹਦੇ ਤੋਂ ਭਾਜੀ ਅੱਛਾ 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 ਉਹ ਲੰਮੀ ਜਹੀ ਜਿੰਦੇ ਕੱਲ ਹਰਾ ਪਰਸੋਂ ਗੁਲਾਬੀ ਤੇ ਅੱਜ ਕਰੀਮ ਜਿਹਾ ਸੂਟ ਪਾਇਆ ਭਾਜੀ ਕਿੰਨੀ ਸੋਹਣੀ ਹੈ ਨਾ ਉਹਦੀਆਂ ਮੋਟੀਆਂ ਮੋਟੀਆਂ ਅੱਖਾਂ ਤੇ ਭਾਜੀ ਉਹਦੇ ਬੁੱਲ ਰੋਕੋ ਇਹਨੂੰ ਇਹ ਤਾਂ ਹੁਣੇ ਬੁੱਲਾਂ ਤੱਕ ਪਹੁੰਚ ਗਿਆ ਇਹ ਤਾਂ ਪੂਰੀ PhD ਕਰੀ ਫਿਰਦਾ ਕੁੜੀ ਤੇ ਉਹ ਤੂੰ ਮੇਰੇ ਤੋਂ ਵੱਖੀਆਂ ਨਾ ਸਕਾਲੀ ਮੈਂ ਜੇ ਤੂੰ ਮੈਨੂੰ ਕਲਾਸ ਦੇ ਨੇੜੇ ਤੇੜੇ ਵੀ ਦੇਖ ਗਿਆ ਫਿਰ ਮੈਂ ਗਿੱਟੇ ਛਾਂਗੂੰਗਾ ਜਾਂ ਭੱਜ ਤੂੰ ਚੱਲ ਚੱਲ ਤੇਲ ਘੱਟ ਲਾਇਆ ਕਰਨ ਵਾਲੇ ਵਾਲਾਂ ਨੂੰ ਤੁਸੀਂ ਬੈਠੋ ਬੈਠੋ ਸ਼ਾਬਾਸ਼ ਨਾਂ ਕੀ ਹੈ ਤੁਹਾਡਾ ਮਨਰਾਜ ਕੌਰ ਵੈਰੀ ਗੁੱਡ ਬੜਾ ਅੱਛਾ ਨਾਂ ਹੈ ਬਾਈ ਮਨਰਾਜ ਕਿੱਦਾਂ ਦੇ ਮੁੰਡੇ ਪਸੰਦ ਨੇ ਤੁਹਾਨੂੰ ਵੀਰੇ ਮੈਂ ਕਾਲਜ ਪੜ੍ਹਨ ਆਉਣੀ ਹਾਂ ਮੁੰਡੇ ਪਸੰਦ ਕਰਨ ਨਹੀਂ ਵੀਰੇ ਨਾਲ ਬਾਅਦ ਚ ਗੱਲ ਕਰ ਲਿਓ ਤੁਸੀਂ ਬੰਦੇ ਦੀ ਆਪਣੀ ਵੀ ਕੋਈ ਚੋਇਸ ਹੁੰਦੀ ਹੈ ਨਾ ਚੋਇਸ ਮੀਨਸ ਕਿ ਸਾਡੇ ਤਿੰਨਾਂ ਚੋਂ ਔਰ ਠੀਕ ਆ ਤੇ ਮੁੰਡਿਆਂ ਚ ਕੀ ਪਸੰਦ ਹੈ ਫੁਕਰਾਪੰਤੀ ਨਹੀਂ ਪਸੰਦ ਮੈਨੂੰ ਸਮਝ ਨਹੀਂ ਆਉਂਦੀ ਆ ਬ੍ਰੈਂਡਾਂ ਬਰੂੰਡਾਂ ਦੇ ਚੱਕਰ 'ਚ ਕਿਉਂ ਘਰ ਫੂਕਦੇ ਹੋ ਸ਼ੂਜ਼ ਭਾਵੇਂ 12,000 ਦੇ ਪਾ ਲਓ ਪਿੱਛੇ ਤਾਂ ਤੁਸੀਂ 100 ਦੀ ਜੁੱਤੀ ਪਾਉਣ ਵਾਲੀ ਦਾ ਹੀ ਕਰਨਾ ਹੁੰਦਾ ਸੋ ਸਿੰਪਲ ਰਹਿਣ 'ਚ ਕੀ ਪ੍ਰੋਬਲਮ ਆ ਤੇ ਹਾਂ ਉਹ ਮੁੰਡੇ ਤਾਂ ਮੈਨੂੰ ਬਿਲਕੁਲ ਹੀ ਨਹੀਂ ਪਸੰਦ ਜੋ ਇੱਕ ਕੁੜੀ ਨਾਲ ਗੱਲ ਕਰਨ 3-3 ਜਣੇ ਆਉਣ ਹੋਰ ਕੁਛ ਵੀਰੇ ਨਹੀਂ ਜੀ ਬਸ ਹੋ ਗਈ ਤਸੱਲੀ ਹਾਂਜੀ ਹੁਣ ਦੱਸੋ ਯਾਰ 30-32,000 ਲਾਇਆ ਯਾਰ ਕਹਿੰਦੀ ਬ੍ਰਾਂਡ ਕਿਹੜੇ ਕੰਮ ਦੇ ਉਹ ਇਹ ਤਾਂ HMT ਟਰੈਕਟਰ ਵੇਲੇ ਦੀ ਹੈ ਇਹਨੂੰ ਨੀ ਸ਼ਕੀਨੀ ਵਾਲੇ ਮੁੰਡੇ ਪਸੰਦ ਮੈਨੂੰ ਤਾਂ ਲੱਗਦਾ ਤੂੰ ਕੁੜਤਾ ਚਾਦਰਾ ਪਾ ਕੇ ਆਇਆ ਕਰ ਹੁਣ ਕਾਲਜ ਵੀ ਲਿਆ ਫੜਾ ਇੱਧਰ ਕਰ ਇਹ ਚੀਜ਼ਾਂ ਤਾਂ ਹੁਣ ਤੇਰੇ ਲਈ ਮਿੱਟੀ ਨੇ ਸਭ ਇਹ ਵੀ ਤੇਰੇ ਕਿਸੇ ਕੰਮ ਦੀਆਂ ਨੇ ਹੁਣ ਇਹ ਅਲੱਗ ਉਹ ਝੱਗਾ ਵੀ ਬ੍ਰਾਂਡਡ ਹੈ ਉਹ ਤੂੰ ਜਾ ਪਰੇ ਮਰ ਤਾਂ ਰਹਿਣ ਦੇ ਪਹਿਲਾਂ ਹੀ ਝੁੱਗਾ ਚੌੜ ਕਰ ਗਈ ਉਹ ਚੱਲ ਠੀਕ ਹੈ ਚੱਲ ਚੰਗਾ ਬਾਈ ਖਿਆਲ ਰੱਖੀ ਆਪਣਾ ਹੈ ਨਿੱਕੇ ਇਹਦੀ ਡੱਬੀ ਜ਼ਰੂਰ ਲਿਆ ਦੀ ਗਾ ਯਾਰ ਵਾਕਈ ਬੜੀ ਦਲੇਰ ਆ ਕੁੜੀ ਤਾਂ ਹੈਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਬਾਈ ਜੀ ਮੈਂ ਹਾਂਜੀ ਪਰ ਬਾਈ ਜੀ ਮੈਂ ਤਾਂ ਕਦੇ ਪਿੰਡ ਦੀ ਜੂਹ ਨਹੀਂ ਟੱਪਿਆ ਹੈਂਜੀ ਤੁਸੀਂ ਕਹਿ ਰਹੇ ਘਰ ਨਹੀਂ ਦੱਸਣਾ ਜੈਲਦਾਨੀ ਦਾ ਸੁਭਾਅ ਦਾ ਨਹੀਂ ਤੁਹਾਨੂੰ ਪਤਾ ਹਾਂਜੀ ਠੀਕ ਆ ਜੀ ਹਾਂਜੀ ਤੁਸੀਂ ਕਹਿੰਦੇ ਫਿਰ ਕਰਨਾ ਹੀ ਪਊ ਜੀ ਹੈਂਜੀ ਠੀਕ ਆ ਜੀ ਠੀਕ ਆ ਬਾਈ ਜੀ ਉਹ ਬਾਈ ਇੰਨਾ ਘੱਟ ਤਾਂ ਆਪਣੇ ਪਿੰਡ ਦੇ ਲੰਬੜਦਾਰ ਦੇ ਭੋਗ ਤੇ ਨਹੀਂ ਹੋਇਆ ਸੀ ਆਪੋਏ ਮੁੱਛਾਂ ਠੀਕ ਆ ਭਰਾ ਦੀਆਂ ਜਮਾ ਹੀ ਬੰਬ ਧੂੜ ਨਿਕਲ ਜੂ ਅੱਜ ਤਾਂ ਉਹ ਬਾਈ ਜੀ ਉਹ ਮੈਨੂੰ ਤਾਂ ਸਕੂਲ ਚ ਹੀ ਸੀਰੀ ਲਾ ਦੇ ਧਰਮ ਨਾਲ ਬੜੀ ਮੌਜ ਆਇਆ ਤੇ ਮੈਂ ਤਾਂ ਆਪਣੀ ਕੱਲ ਹੀ ਬਾਡੀ ਚੱਕ ਲਿਆ ਉਹਨਾਂ ਉਹ ਭੈਣ ਪਰੇ ਕਰ ਯਾਰ ਕੱਪੜਿਆਂ ਨੂੰ ਗਰੀਸ ਨਾ ਲਾ ਦੀ ਲੱਗਦਾ ਮੌਜ ਦਾ ਇਹ ਉਹ ਕਿੱਥੇ ਰਹਿ ਗਈ ਯਾਰ ਨਿੱਕੇ ਆ ਗਈ ਓਏ ਮਾਰ ਸੈਲਫ ਪਾਲਾ ਗਿਰ ਖੜ ਜਾ ਓਏ ਦੇਸੀ ਪਸੰਦ ਆ ਕਹਿੰਦੇ ਮਨਰਾਜ ਤੂੰ ਚੁੱਪਚਾਪ ਸਿੱਧੀ ਤੁਰੀ ਰਹਿ ਜਾਂਦਾ ਕੱਟੇ ਨਾ ਦੇਈਏ ਠੀਕ ਹੈ ਇਹ ਸ਼ੋਅ ਕੀ ਕਰਨਾ ਚਾਹੁੰਦਾ ਹੈ ਸਮਝ ਨਹੀਂ ਆਉਂਦੀ ਕੀ ਤਮਾਸ਼ਾ ਬਣਾਇਆ ਨਾ ਦੇ ਪਿੱਛੇ ਪਿੱਛੇ ਹੋ ਜਾ ਓਏ ਪਿੱਛੇ ਹੁਣ ਦਾਣਿਆਂ ਵਾਲੇ ਟੈਂਕ 'ਚ ਵੜ ਜਾਈਏ ਇੱਥੇ ਹੀ ਦੜਾਂਗੇ ਅਸੀਂ ਤੁਹਾਨੂੰ
तेनू शर्म नहीं आती? क्यों अपने पिंड वालों का जुलूस कढ़ा रहे? इत्थे किहड़ा झोना बीजा जिहड़ा कंपैन लैके आ गया? पागल, इहनू की होया? तू पतासे लैने? कुड़ी बड़ी चेंट आ, मैनू तो आप पूरी 35 बड़ी लगती है। वो तुम रहन दो यार, मैं लग गया पता, सीधा होना ही पैना मैनू। सीधा की होना पैना? ओ भाई थोड़ा की गया, और बेइज्जती तो मेरी हुई है। ओ मैं जानते खेड के इतने कृपैन लेके आया, ओ हुण मैं पिंड जाके की मुंह दिखाऊंगा। आहो बहुत सुनखा ना मुंह तेरा। ओ मेरे पिंड जा बड़ा यार, उत्थे बेबे तो मेरे को ही पोएगा, अपनी बखी चाहेगा। चल निकल इतों, चल यार। ओ भाई की हो? भाई जी चेते ही लग गया है, जान दिल नहीं किया, पर थोड़ा भाई जी हॉस्पिटल बहुत सोहना लगा। ओए हस्पताल नहीं है यार, हॉस्टल आ जावड़ा।